इस वेले की वड्डी खबर, पंजाब के साबका डिप्टी सीएम सुखबीर सिंह बादल ने बरकाड़ी मामले की जांच कर रही SIT नूं एक रिक्वेस्ट की। उन्होंने चिट्ठी भेज SIT के चेयरमैन प्रबोध कुमार जो कि ADGP ने उन्होंने रिक्वेस्ट की है। इस चिट्ठी चिट्ठी एक्सकलूसिव तुसी देख रहे हो दैनिक सवेरा से। उन्होंने कहा कि जिहड़ी गवाही लई उन्होंने उत्थे बुलाया जा रहा SIT अगे, पहला जिहड़ा प्लेस सीगा निर्धारित किया गया सीगा अमृतसर सर्किट हाउस, जिहदे च कुंवर विजय प्रताप ने उन्होंने समन भेजा सीगा कि 19 तरीक नूं ਉਹ ਉੱਥੇ ਅੰਮ੍ਰਿਤਸਰ ਦੇ ਸਰਕਟ ਹਾਊਸ 'ਚ ਸਾਹਮਣੇ ਆਉਣ। SIT ਦੇ ਹੋਰ ਕੁਛ ਸਵਾਲ ਜਵਾਬ ਨੇ ਜਿਹੜੇ ਉਹ ਕਰਨਾ ਚਾਹੁੰਦੀ SIT, ਔਰ ਜਿਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੇ ਚਿੱਠੀ ਰਾਹੀਂ ਪ੍ਰਬੋਧ ਕੁਮਾਰ ਨੂੰ ਇਹ ਕਿਹਾ ਕਿ ਉਹ ਜਿਹੜੀ ਜਗ੍ਹਾ ਸਰਕਟ ਹਾਊਸ ਅੰਮ੍ਰਿਤਸਰ ਦਾ ਛੱਡ ਕੇ ਉਹ ਚੰਡੀਗੜ੍ਹ ਹੀ ਰੱਖਣ, ਚੰਡੀਗੜ੍ਹ ਉਹ ਪੇਸ਼ ਹੋਣਾ ਚਾਹੁੰਦੇ ਨੇ SIT ਅੱਗੇ, ਔਰ ਚੰਡੀਗੜ੍ਹ ਜਿਹੜਾ ਪੰਜਾਬ ਪੁਲਿਸ ਦਾ ਹੈੱਡ ਆਫਿਸ ਹੈ ਉੱਥੇ ਖੁਦ ਜਾ ਕੇ ਉਹ ਪੇਸ਼ ਹੋਣਾ ਚਾਹੁੰਦੇ ਨੇ SIT ਅੱਗੇ ਪ੍ਰਬੋਧ ਕੁਮਾਰ ਅੱਗੇ, ਕਿਉਂਕਿ ਇਹ ਮਾਮਲਾ ਅਕਾਲੀ ਦਲ ਚੱਕ ਰਹੀ ਹੈ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ ਉਹ ਬਾਇਸ ਹੋ ਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। ਜਿਸ ਤੋਂ ਬਾਅਦ ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਨੇ ਵੀ SIT ਅੱਗੇ ਪੇਸ਼ ਹੋਏ ਸੀਗੇ, ਕੁੰਵਰ ਵਿਜੇ ਪ੍ਰਤਾਪ ਗਏ ਪੁੱਛਗਿੱਛ ਕਰਨ, ਪਰ ਉਹਨਾਂ ਨੇ ਮਨਾ ਕਰ ਦਿੱਤਾ। ਉਹਨਾਂ ਨੇ ADGP ਪ੍ਰਬੋਧ ਕੁਮਾਰ ਨੂੰ ਬੁਲਾਇਆ ਕਿ ਉਹ ਆਪ ਆ ਕੇ ਉਹਨਾਂ ਕੋਲ ਸਵਾਲ ਜਵਾਬ ਕਰਨ। ਜਿਸ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਸੁਖਬੀਰ ਬਾਦਲ ਨੇ ਵੀ ਇਹ ਕਿਹਾ ਕਿ ਜਿਹੜੀ ਰਿਕੁਐਸਟ ਕੀਤੀ ਹੈ ਕਿ ਹੁਣ ਜਿਹੜੀ ਪਲੇਸ ਸੀਗਾ ਸਰਕਟ ਹਾਊਸ ਦਾ ਉਹਨੂੰ ਬਦਲ ਕੇ ਚੰਡੀਗੜ੍ਹ ਰੱਖਿਆ ਜਾਵੇ ਔਰ ਇਹਨੂੰ ਮੰਨਿਆ ਜਾਵੇ, ਔਰ ਚੰਡੀਗੜ੍ਹ ਉਹ ਖੁਦ ਆਉਣਗੇ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਆਉਣਗੇ, ਜਿੱਥੇ ਵੀ ਉਹ ਦੱਸਣਗੇ ਜੋ ਚਿੱਠੀ ਦੇ ਮੁਤਾਬਕ ADGP ਪ੍ਰਬੋਧ ਕੁਮਾਰ ਜਿੱਥੇ ਵੀ ਦੱਸਣਗੇ ਉੱਥੇ ਪੇਸ਼ ਹੋਣਗੇ, ਪਰ ਉਹ ਚਾਹੁੰਦੇ ਨੇ ਕਿ ਅੰਮ੍ਰਿਤਸਰ ਨਾ ਆਉਣ। ਸਿੱਧੀ ਸਿੱਧੀ ਇਹੀ ਗੱਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਦੇ ਸੰਮਨ ਨੂੰ ਜਿਹੜਾ ਉਹ ਕਿਸੇ ਨਾ ਕਿਸੇ ਤਰ੍ਹਾਂ ਜੋ ਸੰਮਨ 'ਚ ਲਿਖਿਆ ਸੀਗਾ ਉਹਨੂੰ ਉਹ ਮੰਨਣਾ ਨਹੀਂ ਚਾਹੁੰਦੇ ਨੇ। ਜਿਸ ਤੋਂ ਬਾਅਦ ADGP ਨੂੰ ਹੁਣ ਇਹਨਾਂ ਨੇ ਇਹ ਰਿਕੁਐਸਟ ਕੀਤੀ ਹੈ, ਚਿੱਠੀ ਪਾਈ ਹੈ, ਹਾਲਾਂਕਿ ਪੰਜਾਬ ਪੁਲਿਸ ਦਾ ਇਹਦੇ 'ਤੇ ਕੋਈ ਜਵਾਬ ਨਹੀਂ ਆਇਆ ਕਿ ਉਹ ਉਹਨਾਂ ਨੇ ਇਹਨਾਂ ਦੀ ਗੱਲ ਮੰਨੀ ਹੈ ਜਾਂ ਨਹੀਂ ਮੰਨੀ, ਪਰ 19 ਤਰੀਕ ਨੂੰ ਸੁਖਬੀਰ ਬਾਦਲ ਨੂੰ SIT ਨੇ ਪੇਸ਼ ਹੋਣ ਲਈ ਕਿਹਾ, ਜਿਸ ਤੋਂ ਬਾਅਦ 21 ਤਰੀਕ ਨੂੰ ਅਕਸ਼ੇ ਕੁਮਾਰ ਨੂੰ SIT ਨੇ ਬੁਲਾਇਆ, ਔਰ 16 ਤਰੀਕ ਨੂੰ ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਇਆ ਸੀਗਾ SIT ਅੱਗੇ। ਪਰ ਜੋ ਰੂਲ ਸੀਗਾ ਉਹਦੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਕੋਲ ਖੁਦ SIT ਨੂੰ ਜਾਣਾ ਪਿਆ, ਉਹਨਾਂ ਅੱਗੇ ਸਵਾਲ ਜਵਾਬ ਕਰਨੇ ਪਏ। ADGP ਉੱਥੇ ਪ੍ਰਕਾਸ਼ ਸਿੰਘ ਬਾਦਲ ਕੋਲ ਸਵਾਲ ਕਰਨ ਗਏ ਸੀਗੇ, ਜਿਸ ਤੋਂ ਬਾਅਦ ਅੱਜ ਸੁਖਬੀਰ ਬਾਦਲ ਨੇ ਵੀ ਹੁਣ ਇਹ ਕਿਹਾ ਕਿ ADGP ਅੱਗੇ ਹੀ ਪੇਸ਼ ਹੋਣਾ ਚਾਹੁੰਦੇ ਨੇ, ਕੁੰਵਰ ਵਿਜੇ ਪ੍ਰਤਾਪ ਅੱਗੇ ਪੇਸ਼ ਨਹੀਂ ਹੋਣਾ ਚਾਹੁੰਦੇ।